ਹਾਂਜੀ ਬਾਈ ਜੀ, ਕੀ ਹਾਲ ਨੇ ਜੀ? ਆ ਮੈਨੂੰ ਕੱਲ੍ਹ ਇੱਕ ਇੰਡੀਆ ਤੋਂ ਆਪਣੇ ਪਟਿਆਲੇ ਦੇ ਵੀਰ ਦਾ ਫੋਨ ਆਇਆ, ਕਹਿੰਦਾ ਮੈਂ ਵੀ ਟਿੱਪਰ ਚਲਾਉਣਾ ਅਤੇ ਤੁਹਾਡੇ ਵਾਲੇ ਟਿੱਪਰ ਦਾ ਅਤੇ ਸਾਡੇ ਟਿੱਪਰ ਦਾ ਫਰਕ ਕੀ ਹੁੰਦਾ? ਅਤੇ ਮੈਂ ਕਿਹਾ ਵੀਰ, ਫਰਕ ਤਾਂ ਹੁਣ ਮੈਂ ਤੈਨੂੰ ਕੀ ਸਮਝਾ ਸਕਦਾ, ਵੀ ਟਰੱਕ ਵਰਗੇ ਟਰੱਕ ਹੁੰਦੇ ਆ, ਪਰ ਇੱਥੇ ਬਾਈ ਫਰਕ ਇਹ ਹੁੰਦਾ, ਇਹ ਆ ਵੇਖੋ ਧਿਆਨ ਨਾਲ, ਆਪਣੇ ਉਹ ਇੱਦਾਂ ਦਾ ਅੱਗੇ ਇਕੱਲਾ ਹੀ ਹੁੰਦਾ ਜਿਹਨੂੰ ਆਪਾਂ ਟਿੱਪਰ ਕਹਿ ਦਿੰਦੇ ਹਾਂ, ਅਤੇ ਇੱਥੇ ਬਾਈ ਪਿੱਛੇ 22-25 ਫੁੱਟੀ ਟਰਾਲੀ ਵੀ ਪੈਂਦੀ ਨਾਲ, ਟਰਾਲੀ ਕਹਿ ਲਓ ਟਰਾਲਾ ਕਹਿ ਲਓ, ਇਹਦੇ 'ਚ 4 ਐਕਸਲ ਹੁੰਦੇ ਆ, 2 ਪਿੱਛੇ ਅਤੇ 2 ਅੱਗੇ, ਅਤੇ ਕਾਫੀ ਵੱਡਾ ਹੁੰਦਾ ਟਰਾਲਾ ਇਹ, ਅਤੇ ਇਤੋਂ ਵੱਡਾ ਵੀ ਆਉਂਦਾ ਇੱਕ 6 ਐਕਸਲਾਂ ਵਾਲਾ, 3 ਅੱਗੇ 3 ਪਿੱਛੇ, ਜਿਵੇਂ ਇਹਦੇ 2 ਨੇ 2 ਪਿੱਛੇ ਨੇ ਇਹਦੇ, ਇਹ 4 ਐਕਸਲ ਡੌਗ ਕਹਿ ਦਿੰਦੇ ਹਾਂ ਇਹਨੂੰ, ਇਹਦੇ ਟ੍ਰੇਲਰ ਨੂੰ ਡੌਗ ਟ੍ਰੇਲਰ ਵੀ ਕਹਿ ਦਿੰਦੇ ਆ, ਅਤੇ ਆਹ ਦੇਖੋ ਅੱਗੇ ਜਿਹੜਾ ਟਿੱਪਰ ਆਪਣੇ ਇੰਡੀਆ ਚੱਲਦਾ, ਜਾਂ ਉਹਦੇ ਵਰਗਾ ਲਾ ਲਓ, ਆਪਣੇ ਇਕੱਲਾ ਚੱਲਦਾ, ਇਹਦੇ ਪਿੱਛੇ ਹੁੱਕ ਪਾਈ ਹੁੰਦੀ ਹੈ, ਅਤੇ ਆਹ ਫਰਕ ਹੁੰਦਾ ਜੀ, ਅਤੇ ਸੈਂਟਰ 'ਚ ਇਹਦੇ ਡਰੋਪ ਬਾਰ ਹੁੱਕ ਲੱਗੀ ਹੁੰਦੀ ਜਿਹੜੀ ਕਨੈਕਟ ਕਰਦੀ ਇਹਨਾਂ ਦੋਵਾਂ ਨੂੰ, ਉਹ ਤੁਹਾਨੂੰ ਦਿਖਾ ਦਿੰਦੇ ਆਪਾਂ, ਅਤੇ ਆਹ ਦੇਖੋ ਆਹ ਇਹਦੀ ਡਰੋਪ ਬਾਰ ਆ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਨੈਕਟਿੰਗ ਕੀਤਾ ਸਾਰਾ ਜੀ, ਅਤੇ ਇਲੈਕਟ੍ਰੋਨਿਕ ਤਰਪਾਲਾਂ ਲੱਗੀਆਂ ਹੁੰਦੀਆਂ ਉੱਤੇ, ਆਹ ਦੇਖੋ ਛਾਤੇ ਦੀ ਹੁਣ ਕਵਰ ਹੈ, ਆਪਾਂ ਇਲੈਕਟ੍ਰੋਨਿਕਲੀ ਕਰ ਸਕਦੇ ਹਾਂ, ਤਾਂ ਲੋਡ ਵੀ ਹਵਾ ਜੋ ਤੇਜ਼ ਚੱਲੇਗਾ 100 ਦੇ ਆ ਸਪੀਡ 'ਤੇ ਹਾਈਵੇ 'ਤੇ ਚੱਲਣਾ, ਤਾਂ ਜਿਹੜਾ ਮਟੀਰੀਅਲ ਅੰਦਰ ਹੁੰਦਾ ਉਹ ਹਵਾ 'ਚ ਨਾ ਉੱਡੇ, ਮਿੱਟੀ ਨਾ ਉੱਡੇ, ਤਾਂ ਇਹਦੇ ਉੱਪਰ ਤਰਪਾਲ ਕਵਰ ਹੋ ਜਾਂਦੀ ਸਾਰੀ, ਅਤੇ ਆਹ ਟਰੱਕ ਆ ਜਿੱਦਾਂ, ਅਤੇ ਆਹ ਟਰੱਕ ਦੇ ਪਿੱਛੇ ਦੇਖੋ ਆਹ ਡਰੋਪ ਬਾਰ ਹੁੱਕ ਲੱਗੀ ਹੁੰਦੀ ਹੈ, ਆਹ ਦੇਖੋ ਰਿੰਗ ਫੀਡਰ ਹੁੱਕ ਪਾ ਕੇ ਇਹਨੂੰ ਕਨੈਕਟ ਕੀਤਾ ਹੁੰਦਾ ਟਰੱਕ ਦੇ ਨਾਲ, ਜਿਹੜੇ ਆਪਣੇ ਡਾਲੇ ਦੇ ਲੋਕ ਹੁੰਦੇ ਇੰਡੀਆ, ਆਪਾਂ ਇੱਥੇ ਇੱਕ ਛੋਟਾ ਘੋੜਾ ਜਿਹਾ ਲੱਗਿਆ ਹੁੰਦਾ, ਉਹਨੂੰ ਦਬਾਉਣਾ ਪੈਂਦਾ ਜਾਂ ਹੱਥ ਨਾਲ ਥੋੜੇ ਨਾਲ ਤਾਂ ਖੁੱਲ੍ਹ ਜਾਂਦੇ ਆ ਲੋਕ, ਅਤੇ ਇਹਨਾਂ ਦੇ ਲੋਕ ਇਲੈਕਟ੍ਰੋਨਿਕ ਹੁੰਦੇ ਆ, ਆਹ ਦੇਖੋ ਜਿਵੇਂ ਆਹ ਡਾਲਾ ਇਹਦਾ, ਆਹ ਸਾਰਾ ਦੇਖੋ ਡਾਲਾ ਬਣਿਆ ਨਾ, ਆਹ ਲੋਹੇ ਦੇ ਲੋਕ ਲੱਗੇ ਹੋਏ ਆ 4 ਨੇ, ਇੱਕ ਆਹ ਅਤੇ ਇੱਕ ਉਹ ਤੀਜੇ ਨੰਬਰ 'ਤੇ ਚੌਥਾ ਸਾਹਮਣੇ ਰਿਹਾ, ਇਹ ਅੰਦਰੋਂ ਬਟਨ ਲੱਗਿਆ, ਜਦੋਂ ਆਪਾਂ ਅੰਦਰੋਂ ਬਟਨ ਦੱਬਣਾ ਤਾਂ ਲੋਕ ਥੱਲੇ ਹੋ ਜਾਂਦੇ ਆ ਅਤੇ ਡਾਲਾ ਫ੍ਰੀ ਹੋ ਜਾਂਦਾ, ਜਦੋਂ ਲਿਫਟ ਚੱਕਦੇ ਹਾਂ ਆਪਾਂ ਤਾਂ ਡਾਲਾ ਪਿੱਛੇ ਹਟ ਜਾਂਦਾ, ਲੋਹ ਡਰੋਪ ਹੋ ਜਾਂਦਾ ਸਾਰਾ, ਅਤੇ ਇੱਦਾਂ ਹੀ ਇਲੈਕਟ੍ਰੋਨਿਕ ਲੋਕ ਜਿਹੜਾ ਉਹ ਟਰਾਲੇ ਨੂੰ ਲੱਗਾ ਪਿੱਛੇ, ਉਹ ਤੁਹਾਨੂੰ ਦਿਖਾ ਦੇਣਾ ਰੁਕ ਜਾਓ, ਉਹ ਬਾਈ ਦਾ ਮੈਨੂੰ ਸਵਾਲ ਹੀ ਇਹ ਸੀ, ਕਹਿੰਦਾ ਵੀ ਜਿਹੜਾ ਲੋਕ ਹੁੰਦਾ ਡਾਲੇ ਵਾਲਾ ਬਾਹਰ ਤੁਸੀਂ ਕਿਵੇਂ ਖੋਲ੍ਹਦੇ ਹੋ, ਆਹ ਵੇਖੋ ਯਾਰ ਇਹਦੇ ਵੀ ਸੇਮ ਚੀਜ਼ ਆ, ਆਹ ਇੱਕ ਲੋਕ ਆਹ ਲੱਗਾ, ਦੂਜਾ ਅਤੇ 2 ਆ ਸਾਹਮਣੇ, ਇਹ 4 ਹੁੰਦੇ ਆ ਇੱਕ ਲਾਈਨ ਦੇ ਵਿੱਚ, ਜਿਨ੍ਹਾਂ ਨੇ ਐਂ ਅੱਗੇ ਨੂੰ ਘੁੰਮ ਜਾਣਾ ਹੁੰਦਾ ਡਾਲੇ ਨੂੰ ਲੋਕ ਲਾ ਕੇ ਰੱਖਦੇ ਆ, ਅਤੇ ਉਦੋਂ ਬਾਅਦ ਫਿਰ ਵੀ ਸੇਫਟੀ ਵਾਸਤੇ ਇੱਕ ਚੈਨ ਲੱਗੀ ਹੁੰਦੀ ਹੈ, ਅਤੇ ਆਪਾਂ ਚੈਨ ਇੱਥੇ ਲੋਕ ਦੇ ਵਿੱਚ ਉੱਤੇ ਚੈਨ ਉੱਤੇ ਫਸਾ ਦਿੰਦੇ ਹਾਂ, ਵੀ ਰੱਬ ਨਾ ਕਰੇ ਕਿਸੇ ਇਲੈਕਟ੍ਰੋਨਿਕ ਫਾਲਟ ਕਰਕੇ ਜੇ ਡਾਲਾ ਆਪਣਾ ਆਹ ਲੋਕ ਪਿੱਛੇ ਹਟ ਜਾਣ, ਤਾਂ ਚੈਨ ਫਿਰ ਡਾਲੇ ਨੂੰ ਖੁੱਲ੍ਹਣ ਨਹੀਂ ਦਿੰਦੀ, ਆਹ ਥੋੜ੍ਹਾ ਸੇਫਟੀ ਸਿਸਟਮ ਹੁੰਦਾ ਇਹਨਾਂ ਦਾ, ਅਤੇ ਆਹ ਸਾਈਡ ਆ ਦੇਖੋ, ਆਹ 2 ਐਕਸਲ ਪਿੱਛੇ ਆ ਅਤੇ 2 ਅੱਗੇ ਆ, ਅਤੇ 2 ਐਕਸਲ ਟਰੱਕ ਦੇ ਮੇਨ ਡਰਾਈਵ ਵਾਲੇ ਆ ਅਤੇ ਇੱਕ ਸਟੇਅਰਿੰਗ ਵਾਲਾ, ਯਾਨੀ ਕਿ ਇਹਦੇ ਹੋ ਗਏ 8-8 16 26 ਟਾਇਰ ਹੋ ਗਏ ਜੀ ਟੋਟਲ ਟਰੱਕ ਦੇ, ਇਹ ਆਪਣਾ ਡਬਲ ਟਿੱਪਰ ਕਹਿ ਸਕਦੇ ਆਸਟ੍ਰੇਲੀਆ ਦਾ, ਅਤੇ 26 ਅਤੇ ਇੱਕ ਇਸ ਤੋਂ ਵੱਡਾ ਟ੍ਰੇਲਰ ਵੀ ਹੁੰਦਾ, ਅਤੇ ਉਹਦੇ ਆਪਾਂ 3-3 ਐਕਸਲ ਵਾਲਾ ਡੌਗ ਵੀ ਕਹਿ ਦਿੰਦੇ, ਉਹਦੇ 6 ਐਕਸਲ ਹੁੰਦੇ ਆ ਟੋਟਲ, ਅਤੇ ਬਾਕੀ ਇੱਥੇ ਲੰਬਾਈ ਦਾ ਤਾਂ ਕੋਈ ਅੰਤੀ ਹੈ ਨਹੀਂ, 2 ਪਾ ਲਓ ਪਿੱਛੇ, 3 ਪਾ ਲਓ, 4 ਪਾ ਲਓ, ਇੱਥੇ ਲੋਡ ਦੇ ਹਿਸਾਬ ਨਾਲ ਆ, ਜਿਵੇਂ ਜ਼ਿਆਦਾ ਲੋਡ ਹੋਵੇ ਤਾਂ ਇਹਦੇ ਪਿੱਛੇ ਇੱਕ ਹੋਰ ਪਾਇਆ ਜਾ ਸਕਦਾ, ਅਤੇ ਰੋਡ ਟ੍ਰੇਨ ਵੀ ਬਣ ਜਾਂਦੀ ਹੈ, 3 ਟ੍ਰੇਲਰ ਵੀ ਹੁੰਦੇ ਆ, 4 ਵੀ ਹੁੰਦੇ ਆ, ਟਰੱਕ ਦੇ ਆਖੋ ਮੇਨ 2 ਡਰਾਈਵ ਵਾਲੇ ਆ, ਅਤੇ ਇੱਦਾਂ ਹੀ ਟਰੱਕ ਦੇ ਉੱਤੇ ਇਲੈਕਟ੍ਰੋਨਿਕ ਤਰਪਾਲ ਲੱਗੀ ਹੈ, ਅਤੇ ਉਹ ਹਾਲੇ ਮੈਂ ਬੰਦ ਕਰਨੀ, ਅੰਦਰੋਂ ਬਟਨ ਦੱਬਣਾ ਅਤੇ ਉਹ ਬੰਦ ਹੋ ਜਾਏਗੀ, ਅਤੇ ਆਹ ਅਗਲਾ ਮੇਨ ਟਿੱਪਰ ਜਿਹੜਾ ਅਗਲਾ ਮੇਨ ਟਰੱਕ ਹੁੰਦਾ, ਅਤੇ ਪਿੱਛੇ ਇਹਦੇ ਟਰਾਲੀ ਪੈਂਦੀ ਦੇਖੋ,
ਤੇ ਤਕਰੀਬਨ ਟਰਾਲੀ ਨਾਲ ਚ ਟਰੱਕ ਨਾਲੋਂ 10 ਟਨ ਲੋਡ ਜ਼ਿਆਦਾ ਹੁੰਦਾ। ਤੇ ਆਹ ਦੇਖੋ ਜੀ, ਆਹ ਸਕੈਨੀਆ ਕੰਪਨੀ ਦਾ ਟਰੱਕ ਆ, ਸਵੀਡਨ ਦਾ, ਜਿੱਥੇ ਵਾਲਵੋ ਬਣਦਾ। ਤੇ ਇੱਥੇ ਕੈਨਵਰਥ, ਸਕੈਨੀਆ, ਵਾਲਵੋ, ਮਰਸਡੀਜ਼ ਤਕਰੀਬਨ ਸਾਰੇ ਹੁੰਦੇ ਆ। ਤੇ ਮੇਨ ਮਕਸਦ ਇਹ ਸੀ, ਵੀਰ ਨੇ ਦੋ ਵਾਰ ਕਮੈਂਟ ਕੀਤਾ ਕਿਸੇ ਨੇ ਵੀ ਤੁਹਾਡੇ ਕੀ ਸਿਸਟਮ ਹੁੰਦਾ ਟਿੱਪਰ ਦਾ, ਤੇ ਆਪਾਂ ਤੁਹਾਨੂੰ ਭਈਆ ਵੀਡੀਓ ਬਣਾ ਕੇ ਦੱਸਦੀ ਵੀ ਸਾਡੇ ਆਹ ਸਿਸਟਮ ਹੁੰਦਾ। ਇੱਥੇ ਅੱਗੇ ਟਰੱਕ ਹੁੰਦਾ ਤੇ ਪਿੱਛੇ ਟਰਾਲੀ ਵੀ ਪੈਂਦੀ ਹੈ ਕਨਾਲ। ਤੇ ਓਕੇ ਬਾਈ ਜੀ, ਤੇ ਮੈਂ ਵੀਡੀਓ ਪੋਸਟ ਕਰ ਦਿਆਂਗਾ, ਦੇਖ ਲਿਓ। ਜੇ ਕੋਈ ਹੋਰ ਸਵਾਲ ਹੋਇਆ ਤਾਂ ਮੈਨੂੰ ਮੈਸੇਜ ਕਰ ਦਿਓ, ਕੋਈ ਹੋਰ ਇਨਫੋਰਮੇਸ਼ਨ ਜਾਣਕਾਰੀ ਲੈਣੀ ਹੋਈ ਤਾਂ ਦੱਸ ਦਿਓ, ਮੈਂ ਪੋਸਟ ਕਰ ਦਿਆਂਗਾ। ਓਕੇ, ਧੰਨਵਾਦ ਜੀ।